ਹਾਂਜੀ, ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੜੀ ਖੁਸ਼ੀ ਦੀ ਇੱਕ ਖਬਰ ਸੁਣਾ ਰਹੇ ਹਾਂ ਕਿ ਗੁਰੂ ਸਾਹਿਬ ਨੇ ਅਪਾਰ ਕਿਰਪਾ ਕੀਤੀ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ। ਸੋ ਇਸ ਸਮੇਂ ਉਸ ਪ੍ਰਭੂ ਰਾਮ ਜੀ ਦੀ ਅਪਾਰ ਕਿਰਪਾ ਹੋਈ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਇੱਕ ਵਿਸ਼ੇਸ਼ ਨਿਮੰਤਰਣ ਕਹਿ ਸਕਦੇ ਹਾਂ ਜਾਂ ਕਾਰਡ ਕਹਿ ਸਕਦੇ ਹਾਂ ਆਇਆ, ਜਿਹਦੇ ਵਿੱਚ ਸੰਕਲਪ, ਵਾਹ ਜੀ ਵਾਹ ਕਿਆ ਬਾਤ ਹੈ। ਸੋ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ, ਇਸ ਨਿਮੰਤਰਣ ਨੂੰ ਮਹਾਰਾਜ ਨੇ ਆਪ ਸ਼੍ਰੀ ਰਾਮ ਜੀ ਨੇ ਭੇਜਿਆ। ਸੋ ਮੇਰੇ ਵਾਸਤੇ ਇੱਕ ਬਹੁਤ ਖੁਸ਼ੀ ਦੀ ਗੱਲ ਆ, ਭਾਗਾਂ ਦੀ ਗੱਲ ਆ ਕਿ ਉਸ ਮਹਾਨ ਧਰਤੀ ਤੋਂ ਸਾਨੂੰ ਇਹ ਇੱਕ ਸੱਦਾ ਪੱਤਰ ਰਾਮ ਲੱਲਾ ਜੀ ਨੇ ਆਪ ਭੇਜਿਆ। ਅਤੇ ਦੇਖੋ ਤਾਂ ਕਿਵੇਂ ਬੜਾ ਸੋਹਣਾ ਅੱਗੇ ਪ੍ਰੈਜੈਂਟ ਕੀਤਾ ਕਾਰਡ ਨੂੰ। ਅਤੇ ਲਓ, ਸਭ ਤੋਂ ਪਹਿਲਾਂ ਰਾਮ ਲੱਲਾ ਜੀ ਦੀ ਜੋ ਅੱਗੇ ਮੂਰਤੀ ਬਣਨੀ ਆ, ਸੋ ਬਹੁਤ ਸਰੂਪ ਲੱਗਿਆ, ਬੜਾ ਸੁੰਦਰ ਹੈ, ਨਮਸਕਾਰ ਆ ਚਰਨਾਂ ਨੂੰ। ਅਤੇ ਇਹ ਕਾਰਡ ਹੈ। ਸੋ ਹਰ ਇੱਕ ਚੀਜ਼ ਨੂੰ ਇਸ ਢੰਗ ਨਾਲ ਮਹਿਸੂਸ ਕਰ ਰਿਹਾ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ। ਪਰਮਾਤਮਾ ਨੇ ਐਸੀ ਕਿਰਪਾ ਕੀਤੀ ਆ ਕਿ ਆਪਣਾ ਪ੍ਰਸ਼ਾਦ, ਆਪਣਾ ਆਸ਼ੀਰਵਾਦ ਉਹ ਪਰਮਾਤਮਾ ਨੇ ਆਪ ਭੇਜਿਆ। ਮੈਂ ਤੁਹਾਨੂੰ ਸਾਰਿਆਂ ਨੂੰ ਇਹਦੇ ਦਰਸ਼ਨ ਕਰਾਵਾਂਗਾ। ਸੋ ਅਰਦਾਸ ਹੈ ਮਹਾਰਾਜ ਦੇ ਚਰਨਾਂ 'ਚ ਕਿ ਇਹ ਸਾਡੇ ਬਜ਼ੁਰਗਾਂ ਦੀ ਜਥੇਦਾਰ ਬਾਬਾ ਫਕੀਰ ਸਿੰਘ ਜੀ ਦੀ ਉਹ ਕਮਾਈ ਆ, ਆ ਲਓ ਜੀ ਪੂਜਿਤ, ਕਿਆ ਬਾਤ ਹੈ। ਸੋ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਪਰਿਵਾਰ 'ਤੇ। ਮੈਂ ਕੋਟ ਕੋਟ ਉਸ ਧਰਤੀ ਨੂੰ, ਉਸ ਜਗ੍ਹਾ ਨੂੰ ਨਮਸਕਾਰ ਕਰਦਾ ਜਿੱਥੇ ਇਸ ਸਮੇਂ ਪੂਰੀ ਦੁਨੀਆ ਜਿਹੜੀ ਹੈਗੀ ਆ ਸਿਜਦਾ ਕਰਨ ਆ ਰਹੀ ਹੈ। ਅਤੇ ਸਾਨੂੰ ਵੀ ਉਸ ਧਰਤੀ 'ਤੇ ਇਹ ਮਾਣ ਸਾਡੇ ਬਜ਼ੁਰਗਾਂ ਜਥੇਦਾਰ ਬਾਬਾ ਫਕੀਰ ਸਿੰਘ ਨਿਹੰਗ ਸਿੰਘਾਂ ਦੀ ਬਦੌਲਤ, ਉਹਨਾਂ ਦੀ ਕਮਾਈਆਂ ਦੇ ਬਦੌਲਤ ਇਹ ਮਿਲਿਆ। ਮੈਂ ਬੇਅੰਤ ਦਿਲ ਦੀਆਂ ਗਹਿਰਾਈਆਂ ਦਾ, ਸਾਰੇ ਟਰੱਸਟ ਦਾ, ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।